ਸਤੁਰ ਰਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਆ ਉਹ ਸੇਧ ਇਹ ਜ਼ਰੂਰ ਦਿੱਤੀ ਹੈ ਵਿਸ਼ੇਸ਼ ਤੌਰ ਦੇ ਉੱਤੇ ਇਹ ਸਿੱਖਿਆ ਪ੍ਰਾਪਤੀ ਦੇ ਉੱਤੇ ਜਿਹੜਾ ਆ ਉਹ ਬਹੁਤ ਹੀ ਜ਼ੋਰ ਦਿੱਤਾ ਅੱਜ ਦਾ ਜਿਹੜਾ ਸਾਡਾ ਇਸ ਸਮਾਰੋਹ ਦਾ ਇਹ ਮੇਨ ਵੈਨਿਊ ਆ ਉਹ ਵੀ ਹੈ ਮਾਦੋ ਵਿਦਿਆਹਿਤ ਕੇਨ ਵਿਵੇਕਦੀਪ ਮਲੇਨ ਤੇ ਇਸੇ ਵਿਸ਼ੇ ਦੇ ਉੱਤੇ ਅਸੀਂ ਬੇਨਤੀ ਕੀਤੀ ਸੀ ਡਾਕਟਰ ਹਰਨੇਕ ਸਿੰਘ ਕਲੇਰ ਜੀ ਚੰਡੀਗੜ੍ਹ ਤੋਂ ਕਿ ਉਹ ਇਸੇ ਵਿਸ਼ੇ ਦੇ ਉੱਤੇ ਆਪਣਾ ਜਿਹੜਾ ਖੋਜ ਪੱਤਰ ਆ ਉਹ ਆ ਕੇ ਸੰਗਤਾਂ ਨਾਲ ਸਾਂਝਾ ਕਰਨ ਸੁਮੈਂ ਬੇਨਤੀ ਕਰਦਾ ਡਾਕਟਰ ਹਰਨੇਕ ਸਿੰਘ ਕਲੇਰ ਜੀ ਨੂੰ ਕਿ ਉਹ ਆਪਣਾ ਖੋਜ ਪੱਤਰ ਜਿਹੜਾ ਆ ਉਹ ਆ ਕੇ ਸੰਗਤਾਂ ਨਾਲ ਸਾਂਝਾ ਕਰਨ ਡਾਕਟਰ ਕਲੇਰ ਜੀ ਜਿਨ੍ਹਾਂ ਨੇ ਗੁਰੂ ਰਬਦਾਸ ਜੀਵਨ ਤੇ ਬਾਣੀ ਦੀ ਪ੍ਰਮਾਨਿਕਤਾ ਇਸ ਵਿਸ਼ੇ ਦੇ ਉੱਤੇ ਖੋਜ ਪੱਤਰ ਲਿਖ ਕੇ ਪੀ ਐਚ ਡੀ ਦੀ ਡਿਗਰੀ ਸੀ ਉਹ ਲਈ ਸੀ ਇਹ ਬਹੁਤ ਹੀ ਵਧੀਆ ਤੇ ਵੱਧ ਲਿਖਣ ਵਾਲੇ ਜਿਹੜੇ ਰਾਈਟਰ ਹਨ ਲਗਭਗ 12 ਖੋਜ ਪੁਸਤਕਾਂ ਜਿਹੜੀਆਂ ਖੋਜ ਪੁਸਤਕ ਲਿਖਣੇ ਥੋੜੀ ਔਖੀ ਹੁੰਦੀ ਆ ਸੋ ਇਹਨਾਂ ਦੀਆਂ 12 ਖੋਜ ਪੁਸਤਕਾਂ ਹਨ ਕਹਾਣੀ ਸੰਗ੍ਰਹਿ ਦੋ ਕਵਿਤਾ ਦੇ ਸੰਗ੍ਰਹਿ ਹਨ ਬੱਚਿਆਂ ਦੇ ਪ੍ਰਤੀ ਵੀ ਨੇ ਕਾਫੀ ਲਿਖਿਆ 15 ਪੁਸਤਕਾਂ ਜਿਹੜੀਆਂ ਇਹਨਾਂ ਦੇ ਬੱਚਿਆਂ ਦੇ ਬਰਤੀ ਜਿਹੜੇ ਛੱਪ ਚੁੱਕੇ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਿਹੜੀਆਂ ਪੁਸਤਕਾਂ ਛੱਪਦੀਆਂ ਹਨ ਜਿਹੜੇ ਸਾਡੇ ਬੱਚੇ ਐ ਪੰਜਾਬ ਸਕੂਲ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਪੁਸਤਕਾਂ ਦੇ ਵਿੱਚ ਵੀ ਇਹਨਾਂ ਦੀਆਂ ਕਹਾਣੀਆਂ ਇੱਕ ਕਵਤਾਵਾਂ ਤੇ ਗੀਤਾਂ ਨੂੰ ਜਿਹੜਾ ਆ ਉਹ ਸਰਕਾਰ ਵੱਲੋਂ ਸਥਾਨ ਦਿੱਤਾ ਗਿਆ ਹੈ ਸੋ ਅੱਜ ਸਾਡੇ ਨਿੱਕੇ ਸੱਦੇ ਦੇ ਉੱਤੇ ਇੱਥੇ ਪਹੁੰਚੇ ਨੇ ਸੋ ਮੈਂ ਬੇਨਤੀ ਕਰਦਾ ਡਾਕਟਰ ਹਰਨੇਕ ਸਿੰਘ ਕਲੇਰ ਜੀ ਨੂੰ ਕਿ ਆਪਣਾ ਖੋਜ ਪੱਤਰ ਮਾਧੋ ਅਵਿਦਿਆਇਤ ਕੀਨ ਵਿਵੇਕਦੀਪ ਮਲੇਨ ਇੱਥੇ ਸਾਂਝਾ ਕਰਨ ਸ਼੍ਰੀਮਾਨ 108 ਸੰਤ ਸਰੇਂਦਰਦਾਸ ਜੀ ਮਹਾਰਾਜ ਮਾਨ ਚੁੱਤੇ ਬੈਠੇ ਹੋਏ ਬੁੱਧੀਜੀਵੀ ਮੇਰੇ ਸਾਹਮਣੂ ਮੇਰੇ ਸਾਥੀ ਸਾਰੇ ਹਸਤਕਾਰ ਦੇ ਪਾਤਰ ਪ੍ਰੈਸ ਤੇ ਇਹ ਸੰਸਥਾ ਜਿਸ ਨੇ ਇਹ ਅਜੇਹਾ ਇੱਕ ਵਿਲੱਖਣ ਅਜੋਜਨ ਕੀਤਾ ਜਿਦੇ ਵਿੱਚ ਅਸੀਂ ਸਾਰਿਆਂ ਨੇ ਸਮਾਜ ਬਾਰੇ ਆਪਣੇ ਵਿਚਾਰ ਰੱਖੇ ਨੇ ਤੇ ਕੁਝ ਕੁ ਵਿਚਾਰ ਅਜਿਹੇ ਆਏ ਨੇ ਕਿ ਇਸ ਜਿਹੇ ਸਮਾਗਮ ਹੁੰਦੇ ਰਹਿਣ ਤਾਂ ਸਾਡੇ ਸਮਾਜ ਦਾ ਹਿੱਤ ਬਹੁਤ ਹੀ ਹੋਵੇਗਾ ਸਤਿਗੁਰੂ ਸ੍ਰੀ ਗੁਰੂ ਰਵਦਾਸ ਜੀ ਉਨ੍ਹਾਂ ਦੀ ਬਾਣੀ ਵਿੱਚੋਂ ਇੱਕ ਸ਼ਬਦ ਮਾਦੋ ਅਵਿਦਿਆ ਹਿਤਕੀਨ ਮੇਰੇ ਖੋਜ ਪੱਤਰ ਦਾ ਵਿਸ਼ਾ ਹੈ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਮੈਂ ਇਸ ਨੂੰ ਥੋੜੇ ਸੰਖੇਪ ਕਰਕੇ ਹੀ ਨਵਾਇਆ ਹੈ ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਹੋਣ ਕਰਕੇ ਮੰਗ ਕਰਦਾ ਹੈ ਕਿ ਇਸ ਤੇ ਵਿਸ਼ੇਸ਼ ਤੌਰ ਤੇ ਪੁਸਤਕ ਰੂਪ ਵਿੱਚ ਵੀ ਲਿਖਿਆ ਜਾਵੇ ਪਰੰਤੂ ਮੈਂ ਆਪਣੇ ਸਮੇਂ ਦਾ ਧਿਆਨ ਰੱਖਦਾ ਹੋਇਆ ਤੁਹਾਡੇ ਨਾਲ ਇਹ ਸਾਂਝਾ ਕਰਦਾ ਹਾਂ ਮੈਂ ਚਾਹੂੰਗਾ ਕਿ ਥੋੜਾ ਜਿਹਾ ਮੇਰੇ ਨਾਲ ਕਨਸੈਂਟਰੇਟ ਕਰਕੇ ਨਾਲ-ਨਾਲ ਤੁਰਨਾ ਮਾਨਵ ਦਾ ਮਾਨਵਤਾ ਦੇ ਦੁੱਖ ਦਰਦ ਨੂੰ ਅੰਤਰੀਵ ਤੌਰ ਤੇ ਮਹਿਸੂਸ ਕਰਨਾ ਅਤੇ ਉਸ ਦੇ ਸਮਾਧਾਨ ਲਈ ਕਾਰਜਸ਼ੀਲ ਹੋਣਾ ਮਾਨਵੀ ਹਿਰਦੇ ਵਿਚਰਮਿਆ ਸਹਿਜ ਪਾਗੁਣ ਹੈ ਇਸ ਵਿਚਾਰ ਨੂੰ ਜਦੋਂ ਮੱਧਕਾਲੀ ਸੰਤਾਂ ਭਗਤਾਂ ਤੇ ਗੁਰੂਆਂ ਦੀ ਬਾਣੀ ਪਰਥਾਏ ਵਿਚਾਰਦੇ ਹਾਂ ਤਾਂ ਉਹਨਾਂ ਦੀ ਸਮਾਜ ਦੇ ਕਲਿਆਣ ਪ੍ਰਤੀ ਭਾਵਨਾ ਦੇ ਦਰਸ਼ਨ ਪਰਤੱਖ ਹੋ ਜਾਂਦੇ ਹਨ ਸੰਸਾਰ ਵਿੱਚ ਬੇਗੰਪਰਾ ਦਾ ਦ੍ਰਿਸ਼ਟੀਕੋਣ ਪੇਸ਼ ਕਰਨ ਵਾਲੇ ਸ਼ਰਮਣੀ ਸੰਤ ਸ੍ਰੀ ਗੁਰੂਦਾਸ ਜੀ ਦੇ ਜੀਵਨ ਦਾ ਉਦੇਸ਼ ਮਾਨਵਤਾ ਦਾ ਕਲਿਆਣ ਕਰਨਾ ਸੀ ਉਨ੍ਹਾਂ ਦੇ ਸਾਹਮਣੂ ਖੌਫਨਾਕ ਪਰਸਥਿਤੀਆਂ ਮਿਲਦੂ ਸਨ ਜਿਨ੍ਹਾਂ ਦੇ ਸੁਧਾਰ ਲਈ ਆਪ ਕਾਰਜਸ਼ੀਲ ਹੋਏ ਇਸ ਕਾਰਜ ਲਈ ਉਨ੍ਹਾਂ ਦੀ ਪ੍ਰੇਰਣਾ ਦਾ ਸਰੋਤ ਕੁਝ ਵੀ ਰਿਹਾ ਹੋਵੇ ਪ੍ਰੰਤੂ ਆਪ ਦੀ ਬਾਣੀ ਵਿੱਚੋਂ ਉਮੜਦਾ ਮਨੁੱਖਤਾ ਦਾ ਦਰਦ ਆਪ ਜੀ ਦੇ ਕੋਮਲ ਹਿਰਦੇ ਨੂੰ ਪ੍ਰਕਾਸ਼ਮਾਨ ਕਰਦਾ ਹੈ ਸੋਕਤ ਜਾਣੇ ਪੀਰ ਪ੍ਰਾਈ ਜਾ ਕੇ ਹਿਰਦੇ ਜਾ ਕੇ ਅੰਦਰ ਦਰਦ ਨਾ ਪਾਈ ਕ੍ਰਾਂਤੀਕਾਰੀ ਸਤਿਗੁਰੂ ਅਰਦਾਸ ਜੀ ਦੀਆਂ ਸਮਾਜ ਪ੍ਰਤੀ ਸੰਵੇਦਨਾਵਾਂ ਬਾਰੇ ਪ੍ਰਕਾਸ਼ ਪਾਉਣ ਤੋਂ ਪਹਿਲਾਂ ਸਮੇਂ ਦੀਆਂ ਪਰਸਥਿਤੀਆਂ ਤੇ ਝਾਤ ਪਾਉਣੀ ਜ਼ਰੂਰੀ ਹੈ ਉਸ ਸਮੇਂ ਦੇ ਸਮਾਜ ਦੀ করুণামਈ ਹਾਲਤ ਬਾਰੇ 11ਵੀਂ ਸਦੀ ਵਿੱਚ ਹਮਲਾਰਾਂ ਹਮਲਾਵਰਾਂ ਦੇ ਨਾਲ ਆਇਆ ਲੇਖਕ ਅਲਬਰੂਨੀ ਅਲ-ਹਿੰਦ ਪੁਸਤਕ ਵਿੱਚ ਲਿਖਦਾ ਹੈ ਕਿ ਉਸ ਸਮੇਂ ਵੈਸ਼ ਤੇ ਸੂਦਰ ਨੂੰ ਵੇਦ ਪੜਨ ਤੇ ਸੁਣ ਦੀ ਆਗਿਆ ਨਹੀਂ ਸੀ ਜੇ ਪਤਾ ਲੱਗ ਜਾਵੇ ਕਿ ਕਿਸੇ ਵੈਸ਼ ਜਾਂ ਸੂਦਰ ਨੇ ਵੇਦ ਦਾ ਉਚਾਰਨ ਕੀਤਾ ਹੈ ਤਾਂ ਬ੍ਰਾਹਮਣ ਉਸ ਨੂੰ ਫੜ ਕੇ ਰਾਜੇ ਕੋਲ ਲੈ ਜਾਂਦੇ ਅਤੇ ਜੀਭ ਕੱਟ ਦਿੱਤੀ ਜਾਂਦੀ। ਅਲਵਰੂਨੀ ਦਾ ਅਲੇਖ ਸਪਸ਼ਟ ਕਰਦਾ ਹੈ ਕਿ ਭਾਵੇਂ ਰਾਜ ਸ਼ਕਤੀ ਤੇ ਕੰਟਰੋਲ ਮੁਸਲਮਾਨ ਰਾਜਿਆਂ ਦਾ ਸੀ, ਮੁਗਲਾਂ ਦਾ ਸੀ, ਪਰੰਤੂ ਧਰਮ ਤੇ ਸਮਾਜ ਵਿਵਸਥਾ ਕਾਨੂੰਨ ਪੁਜੋਹਤ ਦਾ ਚੱਲਦਾ ਸੀ। ਧਰਮ ਵਿਵਸਥਾ ਅਨੁਸਾਰ ਨੀਵੇਂ ਨਿਤਾ ਨੇ ਵਰਨਣਾ ਦੇ ਲੋਕ ਦਲਿਤਰੀ ਅਵਸਥਾ ਵਿੱਚ ਜਿਉਣ ਲਈ ਮਜਬੂਰ ਸਨ ਇਸ ਸਥਿਤੀ ਨੂੰ ਸਤਗੁਰੂ ਰਵਿਦਾਸ ਸਤਗੁਰੂ ਨਾਮਦੇਵ ਤੇ ਸਤਗੁਰ ਕਬੀਰ ਜੀ ਆਪੋ ਆਪਣੀਆਂ ਬਾਣੀਆਂ ਵਿੱਚ ਦਰਜ ਕਰਦੇ ਹਨ ਹੀਨੜੀ ਜਾਤ ਮੇਰੀ ਜਾਦਮਰਾਇਆ ਸ਼੍ਰੀਪੇ ਕੇ ਜਨਮ ਕਾਹੇ ਕੋ ਆਇਆ ਸੂਧ ਸੂਧ ਕਰ ਮਾਰ ਉਠਾਇਓ ਕਹਾਂ ਕਰੂੰ ਬਾਪ ਬੀਠਲਾ ਗੰਗ ਗਸੈਨ ਗਹਿਰ ਗੰਭੀਰ ਜੰਜੀਰ ਬਾੰਦ ਕਰ ਖਰੇ ਕਵੀਰ ਗੁਰੂ ਰਵਦਾਸ ਤੇ ਸਧਰ ਕਵੀਰ ਜੀ ਅਜੇਹੀਆ ਬਵਸਥਾ ਨਾਲ ਜੂਝਦੇ ਅਤੇ ਪ੍ਰੋਹਤਵਾਦ ਨਾਲ ਲੜਦੇ ਹੋਏ ਸਮਾਜ ਵਿੱਚ ਜਨਨਾਇਕ ਦੇ ਤੌਰ ਤੇ ਹਰਮਨ ਪਿਆਰੇ ਹੋਏ ਭਾਵੇਂ ਕਿ ਸੂਦਰ ਵਰਨ ਨੂੰ ਸਭ ਕਰਮ ਤੇ ਧਰਮ ਦੀ ਮਨੁਵਾਦੀ ਕਾਨੂੰਨ ਅਨੁਸਾਰ ਮਨਾਹੀ ਸੀ ਉਸ ਸਮੇਂ ਸੰਤ ਮਤ ਵਿੱਚ ਭਗਤੀ ਦੇ ਤਿੰਨ ਸੋਮੇ ਗਿਆਨ ਭਗਤੀ ਤੇ ਯੋਗ ਪ੍ਰਚਲਨ ਸਨ ਗੁਰੂ ਰੁਦਾਸ ਜੀ ਨੇ ਮਾਨਵਤਾ ਦੇ ਮਾਨਵਤਾ ਦੀ ਆਜ਼ਾਦੀ ਲਈ ਮਾਨਵਤਾ ਦੇ ਕਲਿਆਣ ਹਿਤ ਗਿਆਨ ਅਤੇ ਭਗਤੀ ਮਾਰਗ ਨੂੰ ਅਪਣਾਇਆ ਉਹਨਾਂ ਨੇ ਉਹਨਾਂ ਦੇ ਸੰਮੁਖ ਦੱਖਣ ਦੇ ਆਲਵਰ ਸੰਤਾਂ ਵੱਲੋਂ ਸਮਾਜ ਦੀ ਆਜ਼ਾਦੀ ਲਈ ਲਹਿਰ ਦੇ ਤੌਰ ਤੇ ਪ੍ਰਚਲਿਤ ਕ੍ਰਾਂਤੀਕਾਰੀ ਪદ્ધਤੀ ਸੀ ਇਸ ਪਰੰਪਰਾ ਦੇ ਸੰਤ ਅਚਾਰੀਆ 나ਥ मुनि ਜੀ ਮੈਂ ਸੰਤ ਕੋਡ ਕਰਦਾ ਨਾਲ 824 924 ਇਸ ਸਮੇ ਇਹ ਤਮਲ ਦੇ ਸੰਤ ਸੀਗੇ ਸੰਤ ਨਲੰਬਾਰ ਜੀ ਨਾਂ ਦੇ ਸ਼ੂਦਰ ਦੀ ਸਸਪਰੰਪਰਾ ਵਿੱਚੋਂ ਸਨ ਇੱਕ ਸ਼ੂਦਰ ਹੋਇਆ ਸੰਤ ਨਲੰਬਾਰ ਜੀ ਤੇ ਇਹ ਜਿਹੜੇ 나ਥਮੁਨੀ ਬਹੁਤ ਮਸ਼ਹੂਰ ਆਚਾਰੀਆ ਹੋਏ ਨੇ ਸੰਤਮਤ ਦੇ ਵਿੱਚ ਤੇ ਉਹਨਾਂ ਦੀ ਸਸਪਰੰਪਰਾ ਜਿਹੜੀ ਪ੍ਰਚਲਿਤ ਸੀ ਉਹ ਸ਼ੂਦਰ ਸੰਤ ਮਹਾਰਾਜ ਜੀ ਚਲਾ ਰਹੇ ਸਨ ਜਿਵੇਂ ਕਿ ਪਹਿਲਾਂ ਅਸੀਂ ਸਾਡਾ ਇਤਿਹਾਸ ਜਿਹੜਾ ਦੇਖਿਆ ਕਿ ਸਾਡਾ ਰਾਜਨੀਤਿਕ ਇਤਿਹਾਸ ਵੀ ਬਹੁਤ ਵੱਡਾ ਹੈ ਇਸ ਤਰ੍ਹਾਂ ਸਾਡਾ ਸੰਤਮਤ ਦਾ ਇਤਿਹਾਸ ਵੀ ਤਮਿਲ ਨੱਡੂ ਤੋਂ ਸ਼ੁਰੂ ਹੋ ਜਾਂਦਾ ਹੈ ਇਹਨਾਂ ਸੰਤਾਂ ਦੇ ਨਾਲ ਜਿਸ ਦੇ ਆਲਵਰ ਤੇ ਨਾਇਨਵਾਰ ਸੰਤਾਂ ਦੀਆਂ ਕਵਤਾਵਾਂ ਨੂੰ ਬਹੁਤ ਵੱਡਾ ਇੱਕ ਸੰਗ੍ਰਹਿ ਮਿਲਦਾ ਹੈ ਇਹ ਤਮਲ ਵਿੱਚ ਨਾਲੀਏਰ ਪ੍ਰਬੰਧਮ ਨਾਂ ਦੇ ਗ੍ਰੰਥ ਵਿੱਚ ਸੰਪਾਦਿਤ ਕੀਤਾ ਸੀ ਗੁਰੂ ਜੀ ਨੇ ਜਿਸ ਇਤਿਹਾਸਿਕ ਵਿਰਾਸਤ ਵਿੱਚੋਂ ਜੋ ਪ੍ਰੇਰਣਾ ਪ੍ਰਾਪਤ ਕੀਤੀ ਉਸ ਨੂੰ ਬਾਣੀ ਵਿੱਚ ਦਰਜ ਕੀਤਾ ਹੈ ਇਹ ਪ੍ਰੇਰਣਾਵਾਂ ਨੇ ਗੁਰੂ ਜੀ ਦੀਆਂ ਸਾਡੇ ਸਾਹਮਣੇ ਰੇਚਿਤ ਚੇਤ ਚੇਤ ਅਚੇਤ ਕਾਹੇ ਨਾ ਵਾਲਮੀਕ ਬਾਲ ਮੀਕੇ ਦੇਖ ਕਿਸ ਜਾਤ ਤੇ ਕਿਸ ਪਦ ਅਮਰਿਓ ਰਾਮ ਭਗਤ ਵਸੀਖ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮਦੇਵ ਦੁੱਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਇਹ ਪ੍ਰੇਰਣਾਵਾ ਗੁਰੂ ਸਾਹਿਬ ਦੇ ਸਾਹਮਣੇ ਸੀ ਗਿਆ ਸਤਗੁਰੂਦਾਸ ਜੀ ਤੇ ਸਧੁਰ ਕਬੀਰ ਜੀ ਬਨਾਰਸ ਵਾਸੀ ਸਮਕਾਲੀ ਸੰਤ ਸਨ ਦੋਹਾਂ ਸੰਤਾਂ ਦੀ ਸਿੱਖਿਆ ਦਾ ਮਿਸ਼ਨ ਬ੍ਰਾਹਮਣੀ ਦਰਸ਼ਨ ਨੂੰ ਨਕਾਰ ਕੇ ब्राह्मणी दर्शन ਨੂੰ ਨਕਾਰ ਕੇ ਦਲਿਤਰੀ ਵਿਵਸਥਾ ਜਿਉਂ ਰਹੇ ਸਮਾਜ ਨੂੰ ਸਮਦਲਤਾ ਪ੍ਰਾਪਤ ਕਰਨਾ ਸੀ ਇਸ ਵਰਥਾਏ ਆਪਜੀ ਦਾ ਵਚਨ ਹੈ ਸਰੀਰ ਅਰਾਧੇ ਮੋਕੋ ਵਿਚਾਰ ਦੇ ਵਿਚਾਰ ਵਿੱਦੈ ਹੁੰਦੀ ਹੈ ਸਿੱਖਿਆ ਹੀ ਹੁੰਦੀ ਹੈ ਰਵਿਦਾਸ ਸਮਦਲ ਸਮਝਾਵੇ ਕੋ ਸਦੀਆਂ ਤੋਂ ਪ੍ਰੋਹਤਵਾਦ ਦਾ ਲਤਾੜਿਆ ਪਿਛਾੜਿਆ ਵਿੱਦਿਆਹੀਣ ਅਨਪੜ ਕਿਰਤੀ ਸਮਾਜ ਗਿਆਨਹੀਣ ਸੀ ਉਸ ਨੂੰ ਗਿਆਨ ਦੀ ਗੁੜਤੀ ਦੇਣ ਦਾ ਕਾਰਜ ਆਪਣੇ ਦੀਪਕ ਆਪ ਬਣੋ ਦੀ ਸਿੱਖਿਆ ਦੇਣ ਵਾਲੇ ਗੌਤਮ ਬੁੱਧ ਤੋਂ ਸ਼ੁਰੂ ਹੋ ਚੁੱਕਿਆ ਸੀ ਜਿਸ ਨੂੰ 나ਥ ਪੰਥ ਦੇ ਗੁਰੂ ਗੋਰਖਨਾਥ ਨੇ ਨੌ 나ਥ 84 ਸਿੱਧਾਂ ਰਾਹੀਂ ਅੱਗੇ ਵਧਾਇਆ ਬੂਝੋ ਪੰਡਿਤ ਬ੍ਰਹਮ ਗਿਆਨ ਗੋਰਖ ਬੋਲੇ ਜਾਨ ਸੁਜਾਨ ਮੱਧ ਕਾਲ ਦਾ ਸਮਾਂ ਰਾਜਨੀਤਿਕ ਅਸਰਤਾ ਦਾ ਸਮਾਂ ਸੀ ਗੁਰੂਕਲ ਮੱਠ ਵਿਦਿਆ ਕੇਂਦਰ ਚਲਾ ਰਹੇ ਸਨ ਤੇ ਨੀਵੇਂ ਤਾਣੇ ਲੋਕਾਂ ਲਈ ਬੰਦ ਸਨ ਗੁਰੂ ਗਿਆਨ ਮੰਤਰ ਕੰਨ ਵਿੱਚ ਫੂਕੇ ਜਾਂਦੇ ਜਾਂਦੇ ਸਨ ਅੱਜ ਵੀ ਬਹੁਤ ਸਾਰੇ ਗਿਆਨ ਮੰਤਰ ਆ ਜਿਹੜੇ ਕੰਨ ਚ ਹੀ ਫੂਕੇ ਜਾਂਦੇ ਆ ਪਰਚੀ ਸਹਿਤ ਵਿੱਚ ਦਰਜ ਹੈ ਕਿ ਗੁਰੂ ਰਵਦਾਸ ਜੀ ਸ਼ੂਦਰ ਸੰਤ ਨਲੰਬਾਰ ਦੀ ਸਸ ਪਰੰਪਰਾ ਦੀ ਲੜੀ ਵਿੱਚ ਆਉਂਦੇ ਸੰਤਾਂ ਨਾਲ ਵਿਚਰਦੇ ਸਨ ਇਹ ਸੰਤ ਗਿਆਨ ਗੋਸ਼ਟੀਆਂ ਕਰਕੇ ਸਮਾਜ ਦਾ ਮਾਰਗਦਰਸ਼ਨ ਕਰਨ ਤੇ ਜ਼ੋਰ ਦਿੰਦੇ ਸਨ ਇਹ ਤੱਥ ਗੁਰੂ ਗੋਖਰਨਾਥ ਦੀ ਬਾਣੀ ਵਿੱਚ ਦਰਜ ਹਨ ਸੋਹੋ ਸੋਹੋ ਅਜੱਪਾ ਗਾਈ ਤੇ ਆਸਣ ਦ੍ਰਿੜ ਕਰ ਤਰੋ ਧਿਆਨ ਅਹਨੇਸ ਸਮਰੋ ब्रह्म ज्ञान ज्ञान योगियां तो शुरू हो गया 8वीं सदी के बीच भारत दी धर्म परंपरा ਵਿੱਚ न्याय शास्त्र ਵਿੱਚ वस्तु दी पहचान ਨੂੰ ਗਿਆਨ ਦਾ ਨਾਮ ਦਿੱਤਾ ਗਿਆ ਵਸੇਸ਼ਕ ਗਿਆਨ ਨੂੰ ਵਿਦਿਆ ਅਤੇ ਅਵਿਦਿਆ ਵਿੱਚ ਵੰਡਦਾ ਹੈ मूल रूप से ਸਾਡੀਆਂ ਗਿਆਨ ਇੰਦਰੀਆਂ ਦੇ ਰਾਹੀਂ ਚਿੱਤ ਬਾਹਰ ਜਾ ਕੇ ਗਿਆਨਜੋਗ ਵਸਤੂਆਂ ਨਾਲ ਇੱਕਮਿਕ ਹੁੰਦਾ ਹੈ ਉਹ ਪ੍ਰਤੱਖ ਗਿਆਨ ਹੈ ਵਿਦਿਆ ਵੀ ਇਹੋ ਹੀ ਹੈ ਅਵਿਦਿਆ ਕਾਰਨ ਸੰਸਾਰ ਵਿੱਚ ਭਟਕਣਾ ਹੀ ਭਟਕਣਾ ਹੈ ਇਹ ਭਟਕਣਾ ਮਨੁੱਖ ਦੇ ਗਿਆਨ ਦੀਪ ਨੂੰ ਮੈਲਾ ਕਰ ਦਿੰਦੀ ਹੈ ਮੇਰੇ ਖੋਜ ਪੱਤਰ ਦਾ ਵਿਸ਼ਾ ਵੀ ਇਹੋ ਹੀ ਹੈ ਮਾਦੋ ਵਿਦਿਆਹਿਤਕੀਨ ਵਿਵੇਕ ਦੀਪ ਮਲੀਨ ਇਹ ਥੋੜੀ ਭੂਮਿਕਾ ਮੈਨੂੰ ਦੇਣੀ ਪਈ ਹੈ ਪਹਿਲਾਂ ਸਾਡੇ ਇਤਿਹਾਸ ਲਈ ਸਤਿਗੁਰੂ ਰਵਦਾਸ ਜੀ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 486 ਅੰਗ ਤੇ ਰਾਗ ਆਸਾ ਵਿੱਚ ਦਰਜ ਹੈ ਇਹ ਤੁਕ ਸ਼ਬਦ ਦੀ ਰਹਾਉ ਵਾਲੀ ਤੁਕ ਹੈ ਇਸ ਤੁਕ ਵਿੱਚ ਇਹ ਤੁਕ ਵਿੱਚ ਸ਼ਬਦ ਦਾ ਕੇਂਦਰੀ ਭਾਵ ਦਰਜ ਹੈ हे मानव अज्ञानता ਕਰਕੇ ਮਨੁੱਖ ਦੇ ਗਿਆਨ ਦਾ ਦੀਵਾ ਮੇਲਾ ਹੋ ਗਿਆ ਹੈ ਉਹ ਚੰਗੇ ਤੇ ਬੁਰੇ ਦਾ ਫਰਕ ਕਰਕੇ ਤਰਕ ਨਹੀਂ ਕਰ ਸਕਦਾ ਫਰਕ ਕਰਕੇ ਤਰਕ ਨਹੀਂ ਕਰ ਸਕਦਾ ਵਿਸ਼ੇਸ਼ ਗੱਲ ਹੈ ਪ੍ਰੋਫੈਸਰ ਸਾਹਿਬ ਸਿੰਘ ਇਸ ਟੁਕਦੇ ਅਰਥ ਕਰਦੇ ਲਿਖਦੇ ਹਨ हे ਪ੍ਰਭੂ ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ ਇਸ ਕਰਕੇ ਇਹਨਾਂ ਦੇ ਵਿਵੇਕ ਦਾ ਦੀਵਾ ਧੁੰਦਲਾ ਹੋ ਗਿਆ ਹੈ ਮਨ ਪਰਖਹੀਣ ਹੋ ਗਏ ਨੇ ਭਲੇ ਤੇ ਬੁਰੇ ਦੀ ਪਛਾਣ ਨਹੀਂ ਕਰ ਸਕਦੇ ਇਸ ਸ਼ਬਦ ਦੀ ਧੁਨੀ ਵਿੰਬ ਅਧਿਆਤਮਿਕ ਹਨ ਗੁਰੂ ਰਵਦਾਸ ਜੀ ਦੀ ਸਾਰੀ ਬਾਣੀ ਹੀ ਅਧਿਆਤਮਿਕ ਹੈ ਪਰੰਤੂ ਇਸ ਵਿੱਚ ਜੀਵਨ ਯੋਗਤ ਨਾਲ ਸੰਬੰਧਿਤ ਮਾਨਵੀ ਗੁਣਾਂ ਦਾ ਖਲਾਸਾ ਦਰਜ ਹੈ ਉਹ ਜਨ ਸਧਾਰਨ ਨੂੰ ਜੀਵਨ ਵਿੱਚ ਆਪਣਾ ਭਲਾ ਤੇ ਬੁਰਾ ਸੋਚਣ ਲਈ ਤਰਕ ਵਿਗਿਆਨ ਦੀ ਤਕਨੀਕ ਰਾਹੀਂ ਸਮਝਾਉਂਦੇ ਹਨ ਆਧਾਰਨ ਜੀਵ ਜੰਤੂਆਂ ਦੀ ਦਿੱਤੀ ਹੈ ਲਿਖਿਆ ਹੈ ਇੱਕ ਆਦਤ ਕਾਰਨ ਜੀਵ ਜੰਤੂ ਪ੍ਰਾਣ ਤੋਂ ਹੱਥ ਤੋਂ ਵੈਠਦੇ ਹਨ ਮਨੁੱਖ ਨੂੰ ਪੰਜ ਬੇਅਲਾਜ ਰੋਗ ਲੱਗੇ ਹਨ ਜਿਨ੍ਹਾਂ ਦੇ ਵਿਚਾਲੀ ਕੋਈ ਵੀ ਸੰਭਾਵਨਾ ਉਹਨਾਂ ਕੋਲ ਨਹੀਂ ਗੁਰੂ ਜੀ ਬਿਆਨ ਕਰਦੇ ਹਨ ਕਿ ਜਨਮ ਤੋਂ ਤਾਂ ਮਨੁੱਖ ਸਿਆਣਾ ਹੀ ਪੈਦਾ ਹੁੰਦਾ ਹੈ ਅਜਿਹੀ ਸਥਿਤੀ ਨੀਵੇਂ ਸੰਗਤ ਕਰਕੇ ਪੈਦਾ ਹੁੰਦੀ ਹੈ ਤੇ ਇਹ ਇੱਕ ਤਰਾਸ ਦੀ ਹੈ ਸੂਦਰ ਵੜਨ ਦੇ ਲੋਕ ਨੀਵੇਂ ਨਤਾਣੇ ਤੇ ਸੰਗਤ ਨੀਵੀਂ ਹੋਣ ਕਰਕੇ ਇਹ ਇਸੇ ਕਰਕੇ ਉਹ ਅਗਿਆਨੀ ਰਹਿ ਜਾਂਦੇ ਨੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੋਟਲਤਾ ਜਾਣਮਕ ਪ੍ਰਾਪਤੀ ਤੇ ਇਹ ਉਹਨਾਂ ਦੀ ਹੈ ਅੱਗੇ ਫਿਰ ਉਸ ਦੀ ਪ੍ਰਾਪਤੀ ਆਪਣੀ ਜਿਹੜੀ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਗਿਆਨ ਦੇ ਸਿਰ ਤੇ ਬਾਣੀ ਦੇ ਸਿਰ ਤੇ ਪ੍ਰਾਪਤ ਕਰਕੇ ਉਹ ਲਿਖਦੇ ਨੇ ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢੋਤ ਫਿਰੇ ਅਜੂ ਬਨਾਰਸੀ ਆਸ-ਪਾਸਾ ਅੱਗੇ ਫਿਰ ਅਗਲੀ ਹੈ ਆਚਾਰ ਸਹਿਤ ਵਿਪਰ ਕਰੇ ਡੰਡੋਤ ਤਿੰਨ ਤੰਨੇ ਰਬਦਾਸ ਦਾਸਨ ਦਾਸਾ ਇਸੇ ਗੱਲ ਨੂੰ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਗਿਆਨ ਦੇ ਉੱਤੇ ਜ਼ੋਰ ਦੇ ਕੇ ਆਖਿਆ ਗਿਆਨ ਮਹਾਰਸ ਹਨਾਈਏ ਭਾਈ ਤਨ ਮਨ ਨਿਰਮਲ ਹੋਏ ਮੇਰੇ ਪੇਪਰ ਦਾ ਥੋੜਾ ਜਿਹਾ ਕਿ ਨਾ ਇਧਰ ਹੀ ਕੁਆੜਾ ਹੋ ਗਿਆ माफ ਕਰਨਾ ਭਾਰਤੀ ਦਰਸ਼ਨ ਗਿਆਨਮ ਅਸਾ ਅਨਸਾਰ ਤੇ ਗੁਰੂ ਜੀ ਫਿਰ ਅੱਗੇ ਪੜਨ ਦੀ ਗੱਲ ਵੀ ਕਰਦੇ ਨੇ ਤੇ ਉਹ ਪੜਨ ਦੇ ਵਿਚਾਰ ਦੀ ਗੱਲ ਕਰਦੇ ਨੇ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਪਉ ਭਉ ਨ ਦਰਸੇ ਗਿਆਨਮਨੁੱਖ ਡਰ ਰਹਿਤ ਪ੍ਰਾਣੀ ਬਣ ਜਾਂਦਾ ਹੈ ਵਿਦਿਆ ਪ੍ਰਾਪਤ ਕਰਕੇ ਮਨੁੱਖ ਦਾ ਹਿਰਦਾ ਐਉਂ ਪਵਿੱਤਰ ਹੋ ਜਾਂਦਾ ਜਿਵੇਂ ਪਾਰਸ ਦੀ ਸ਼ੂਨਾ ਲੋਹਾ ਸੋਨੇ ਦਾ ਰੂਪ ਧਾਰ ਕਰ ਲੈਂਦਾ ਹੈ ਗਿਆਨਮਨੁੱਖ ਨੂੰ ਪਰਮ ਸ਼ਕਤੀ ਤੇ ਪੂਜਾ ਯੋਗ ਮਨਾ ਦਿੰਦਾ ਹੈ ਜਿਵੇਂ ਕਿ ਪਹਿਲਾਂ ਮੈਂ ਦੱਸ ਚੁੱਕਿਆ ਕਿ ਅਬ ਵਿੱਪਰ ਪ੍ਰਦਾਨ ਤਹਿ ਕਰੇ ਦੰਡੋਤ ਪ੍ਰਦਾਨ ਵਿੱਪਰ ਦੰਡੋਤ ਕਰਨ ਲੱਗ ਕੇ ਕਿਉਂਕਿ ਗਿਆਨ ਦੀ ਉਹਨਾਂ ਕੋਲ ਪ੍ਰਾਪਤੀ ਸੀ ਤੇ ਅੱਗੇ ਕਬੀਰ ਜੀ ਵੀ ਇਹੀ ਗੱਲ ਕਰਦੇ ਨੇ ਦੇਖੋ ਭਾਈ ਗਿਆਨ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਵੇ اڈਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਗਿਆਨ ਬਾਰੇ ਕਵੀਰ ਜੀ ਦਾ ਬਹੁਤ ਹੋਰ ਵੀ ਵਿਚਾਰ ਨੇ ਪਰੰਤੂ ਸਤਿਗੁਰੂ ਅਰਦਾਸ ਜੀ ਦਾ ਇੱਕ ਵਿਚਾਰ ਦੇ ਕੇ ਉਪਜੋ ਗਿਆਨ ਹੂਆ ਪ੍ਰਗਾਸ ਗਿਆਨ ਦੀ ਪ੍ਰਾਪਤੀ ਦੇ ਨਾਲ ਹੀ ਪ੍ਰਗਾਸ ਹੁੰਦਾ ਤੇ ਅੱਗੇ ਜਿਹੜੀ ਬਾਣੀ ਸਤਿਗੁਰੂ ਜੀ ਦਿੰਦੇ ਨੇ ਤੇ ਇਹਦੇ ਬਾਰੇ ਮੈਂ ਥੋੜਾ ਜਿਹਾ ਸਪਸ਼ਟ ਕਰਨਾ ਚਾਹੁੰਦਾ ਕਿ ਗੁਰੂ ਸਾਹਿਬ ਜੀ ਬਾਣੀ ਆਪ ਤੇ ਉਹਨਾਂ ਦੇ ਪੈਰੋਕਾਰ ਗਾਉਂਦੇ ਸਨ ਇਹ ਗਾਉਣ ਦੇ ਜਿਹੜੇ ਮੰਤਬ ਨੇ ਉਹਦੇ ਬਾਰੇ ਥੋੜਾ ਜਿਹਾ ਇੱਕ ਅੱਧੀ ਲਾਈਨ ਬੋਲਾਂਗਾ ਮੈਂ ਉਹ ਗਾਉਂਦੇ ਨੇ ਕਿ ਕਾ ਗਾਉ ਕੁਸ ਗਾ ਨ ਹੋਈ ਗਾਉ ਰੂਪ ਸਹਜੇ ਸੋਈ ਤਦ ਰਾਮ ਨਾਮ ਕਹਿ ਗਾਏਗਾ ਇਹ ਗੱਲ ਜਿਹੜੀਆਂ ਮੈਂ ਕਰ ਰਿਹਾ ਤੁਹਾਡੇ ਨਾਲ ਮੇਰਾ ਅੰਤਮ ਹੀ ਹੈ ਜੀ ਇਹ ਭਾਰਤੀ ਪਛਾਵਨ ਦਾ ਜਿਹੜਾ ਇਤਿਹਾਸ ਹੈ ਤੋਂ ਸਪਸ਼ਟ ਹੁੰਦਾ ਹੈ ਕਿ ਸੰਤ ਸੰਸਕ੍ਰਿਤ ਭਾਸ਼ਾ ਰਾਜੇ ਤੇ ਪ੍ਰੋਹਤ ਸ਼੍ਰੇਣੀ ਵਿੱਚੋਂ ਬੋਲੀ ਤੇ ਲਿਖੀ ਜਾਣ ਵਾਲੀ ਭਾਸ਼ਾ ਹੈ ਸੂਦਰ ਬਾਨ ਦੇ ਲੋਕ ਨੂੰ ਪਾਸ਼ਾ ਪੜਨ ਦੀ ਮਨਾਹੀ ਸੀ ਤੇ 20ਵੀਂ ਸਦੀ ਵਿੱਚ ਡਾਕਟਰ ਵੇੜਕਰ ਜੀ ਨੂੰ ਵੀ ਇਹ ਪਾਸ਼ਾ ਪੜਨ ਦੀ ਆਗਿਆ ਨਹੀਂ ਸੀ ਮਿਲੀ ਗੁਰੂ ਅਰਜਨ ਦੇਵ ਜੀ ਜਨ ਸਧਾਰਨ ਦੇ ਹਿੱਤ ਲਈ ਪਰਾਕਰਤ ਭਾਸ਼ਾਵਾਂ ਵਿੱਚੋਂ ਹੋਂਦ ਵਿੱਚ ਆਈ 34 ਅੱਖਰਾਂ ਵਾਲੀ ਭਾਸ਼ਾ ਦਾ ਵੇਰਵਾ ਦਿੰਦੇ ਨੇ ਬਾਣੀ ਵਿੱਚ ਨਾਨਕ ਖਿਆਨ ਪ੍ਰਾਨ ਵੇਦ ਵਿਦ 34 ਅੱਖਰਮਾਈ ਇਹਦਾ ਮੈਂ ਥੋੜਾ ਤੁਹਾਨੂੰ ਵੇਰਵਾ ਦੇਣਾ ਚਾਹੁੰਨਾ ਉਸ ਸਮੇਂ ਸੰਸਕ੍ਰਿਤ ਤੋਂ ਬਿਨਾਂ 52 ਅੱਖਰਾਂ ਵਾਲੀ ਦੇਵਨਾਗਰੀ ਭਾਸ਼ਾ ਪ੍ਰਚਲਿਤ ਸੀ 34 ਅੱਖਰਾਂ ਵਾਲੀ ਉਹ ਭਾਸ਼ਾ ਹੈ ਜੋ 나ਥ ਬਾਣੀ ਵਿੱਚ ਮਿਲਦੀ ਹੈ ਜਨ ਸਧਾਰਨ ਦੀ ਬੋਲਚਾਲ ਦੀ ਭਾਸ਼ਾ ਵੀ ਇਹੋ ਹੀ ਸੀ ਤੇ 나ਥਮਨ ਤੇ ਸੰਤ ਆਮ ਲੋਕਾਂ ਵਿੱਚ ਵਿਚਰਦੇ ਸਨ ਤੇ ਇਹੋ ਭਾਸ਼ਾ ਉਹ ਬੋਲਦੇ ਸਨ ਲਾਸਟ ਆ ਜੀ ਤੇ ਇਸ ਖੋਜ ਪੱਤਰ ਵਿੱਚ ਚਰਚਾ ਵੀ इन ਸ਼ਬਦਾਂ ਦੇ ਦੂਜੇ ਬੰਦ ਵਿੱਚ ਗੁਰੂ ਰਬਦਾਸ ਜੀ ਗਿਆਨੀ ਅਗਿਆਨੀ ਮਨੁੱਖ ਦੀ ਤੁਲਨਾ ਵਿੰਗੇ ਟੱਡੇ ਜੀਵਾਨਾ ਕਰਦੇ ਨੇ ਉਹ ਬਕਾਇਦਾ ਸ਼ਬਦ ਵਿੱਚ ਦਰਜ ਹੈ ਤੇ ਪ੍ਰੰਤੂ ਉਹ ਇਹੀ ਕਹਿੰਦੇ ਨੇ ਕਿ ਇਹ ਜੀਵ ਹੈ ਜਿਹੜੇ ਜਦੋਂ ਇਹ ਸਥਿਤੀ ਵਿੱਚ ਕਿਉਂ ਨੇ ਕਿਉਂਕਿ ਉਹ ਅਗਿਆਨੀ ਨੇ ਪਸ਼ੂ ਨੇ ਉਹਨਾਂ ਕੋਲ ਤਾਂ ਗਿਆਨ ਨਹੀਂ ਮਨੁੱਖ ਕੋਲੇ ਗਿਆਨ ਹੈ ਜਿਹੜਾ ਮਨੁੱਖ ਗਿਆਨੀ ਬਣ ਜਾਂਦਾ ਤੇ ਉਦੋਂ ਵੀ ਸੰਸਕ੍ਰਿਤ ਪੜ ਨਹੀਂ ਦਿੱਤੀ ਜਾਂਦੀ ਸੀ ਉਦੋਂ ਵੀ ਵਿਦਿਆ ਪ੍ਰਾਪਤ ਨਹੀਂ ਸੀ ਕਰਨ ਦਿੱਤੀ ਜਾਂਦੀ ਪਰੰਤੂ ਮੈਂ ਦੱਸਿਆ ਕਿ ਤਮਲ ਤੋਂ ਆਈ ਸੰਤ ਪਰੰਪਰਾ ਦੀ ਗੁਰੂ ਰਵਦਾਸ ਜੀ ਪੜੇ ਤੇ ਇਹ ਫਿਰ ਇੱਥੇ ਤੱਕ ਪਹੁੰਚੇ ਕਿ ਪ੍ਰਧਾਨ ਵਿੱਪਰ ਵੀ ਉਹਨਾਂ ਨੂੰ ਡੰਡੋਤ ਕਰਨ ਲੱਗੇ ਲਾਸਟ ਦੇ ਇੱਕ ਲਾਈਨ ਹੈ ਹਮ ਅਪੂਜ ਪੂਜ ਭਏ ਹਾਂ ਨੋ ਅਨੂਪਮ ਗਾਵੇ ਰੇ ਕੁਝ ਬਾਣੀਆਂ ਮੈਂ ਉਹਨਾਂ ਦੀ ਜਿਹੜੀ ਬਾਣੀ ਬਾਹਰ ਪ੍ਰਤਲਿਪੀ ਵਿੱਚ ਦਰਜ ਹੈਗੀ ਆ ਗ੍ਰੰਥਾਂ ਵਿੱਚ ਦਰਜ ਆ ਉਹਨਾਂ ਤੋਂ ਲਈਆਂ ਨੇ ਲਾਸਟ ਲਾਈਨ ਪੜਾਂਗਾ ਗੁਰੂ ਅਰਦਾਸ ਜੀ ਦਾ ਵਿਚਾਰ ਹੈ ਕਿ ਗਿਆਨ ਗੁਨਾ ਦਾ ਖਜ਼ਾਨਾ ਹੈ ਗੁਨਾ ਦੀ ਪੂੰਜੀ ਨਾਲ ਵਿਅਕਤੀ ਹਰਮਨ ਪਿਆਰਤਾ ਪ੍ਰਾਪਤ ਕਰਕੇ ਸਮਾਜ ਵਿੱਚ ਮਾਨਤਾ ਪਾਉਂਦਾ ਹੈ ਗੁਰੂ ਅਰਦਾਸ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅਤੇ ਹੱਥ ਲਿਖਤ ਪ੍ਰਤਲਿਪੀਆਂ ਵਿੱਚ ਮਿਲਦੀ ਬਾਣੀ ਮਾਨਵਤਾ ਲਈ ਗਿਆਨ ਦਾ ਸਾਗਰ ਹੈ ਮਨੁੱਖੀ ਗਿਰਦੇ ਅਹਰਦਿਆਂ ਨੂੰ ਪ੍ਰਕਾਸ਼ਮਾਨ ਕਰਨ ਦੀ ਸਮਰੱਥਾ ਰੱਖਦੀ ਹੈ ਜੋ ਕੇ ਯੁੱਗ ਵਿੱਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਲਈ ਭਰਪੂਰ ਪ੍ਰਸੰਗਿਕ ਹੈ ਜਗਰਦੇਵ ਸੰਗਰੇ ਡਾਕਟਰ ਹਰਨੇਕ ਕਲੇਰ ਜੀ ਸੋ ਬੇਨਤੀ ਕਰਦੇ ਆ ਕਿ ਮਹਾਰਾਜ ਜੀ ਪਾਸੋਂ ਆਪਣਾ ਜਿਹੜਾ ਸਨਮਾਨ ਆ ਉਹ ਪ੍ਰਾਪਤ ਕਰਨ ਜੀ ਡਾਕਟਰ ਹਰਨੇਕ ਕਲੇਰ ਜੀ